ਲੁਧਿਆਣਾ ਦਿਸ ਇਜ਼ ਤਮੰਨਾ ਬੇਦੀ ਐਂਡ ਦਿਸ ਸਾਈਡ ਨਵਪ੍ਰੀਤ ਸਿੰਘ ਬੇਦੀ ਸੋ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਲੈ ਕੇ ਦੇਸ਼ ਤੇ ਦੁਨੀਆ ਦੀਆਂ ਤਮਾਮ ਅਹਿਮ ਖਬਰਾਂ ਸੋ ਸਭ ਤੋਂ ਪਹਿਲਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਅੰਤਰਰਾਸ਼ਟਰੀ ਖਬਰ ਦੇ ਨਾਲ ਸੋ ਸਭ ਤੋਂ ਪਹਿਲੀ ਖਬਰ ਹੈ ਜਗਬਾਣੀ ਦੇ ਸਫਾ 10 ਤੇ ਛਪੀ ਹੈ ਅਮਰੀਕਾ ਦੇ ਪੋਰਟਲੈਂਡ ਸ਼ਹਿਰ 'ਚ ਟੁੱਟੇ ਗਰਮੀ ਦੇ ਰਿਕਾਰਡ ਜੀ ਹਾਂ ਦੱਸ ਦਈਏ ਕਿ ਅਮਰੀਕਾ ਦੇ ਓਰੇਗਨ ਸੂਬੇ ਦਾ ਇਹ ਸਭ ਤੋਂ ਵੱਡਾ ਸ਼ਹਿਰ ਹੈ ਪੋਰਟਲੈਂਡ ਇੱਥੇ ਗਰਮੀ ਦੇ ਭਿਆਨਕ ਰਿਕਾਰਡ ਜਿਹੜੇ ਟੁੱਟ ਗਏ ਨੇ ਇੱਥੇ ਲੂ ਦੇ ਨਾਲ ਲੋਕਾਂ ਦਾ ਬੁਰਾ ਹਾਲ ਹੈ ਅਤੇ ਸ਼ਹਿਰ ਦੇ ਵਿੱਚ ਗਰਮੀ ਸ਼ਨੀਵਾਰ ਨੂੰ ਬੇਹੱਦ ਜ਼ਿਆਦਾ ਪਈ ਦੱਸਿਆ ਜਾ ਰਿਹਾ ਕਿ ਸੋਮਵਾਰ ਨੂੰ ਵੀ ਇਸੇ ਤਰ੍ਹਾਂ ਗਰਮੀ ਨੇ ਆਪਣੇ ਰਿਕਾਰਡ ਜਿਹੜੇ ਹੈ ਤੋੜਨ ਵਾਲੇ ਨੇ ਇਤਿਹਾਸ ਦੇ ਸਾਰੇ ਰਿਕਾਰਡ ਜਿਹੜੇ ਹੈ ਸੋਮਵਾਰ ਨੂੰ ਟੁੱਟਣ ਵਾਲੇ ਕੀ ਕਹੋਗੇ ਬਿਲਕੁਲ ਕਾਫੀ ਜ਼ਿਆਦਾ ਇਸ ਵਾਰ ਗਰਮੀ ਦਾ ਅਮਰੀਕਾ ਨੂੰ ਸਾਹਮਣਾ ਕਰਨਾ ਪਿਆ ਗੱਲ ਕਰੀਏ ਅਮਰੀਕਾ ਦੇ ਸੂਬੇ ਜਿਹੜਾ ਓਰੇਗਨੋ ਹੈ ਉਹਦੇ ਇੱਕ ਮੁੱਖ ਸ਼ਹਿਰ ਹੈ ਪੋਰਟਲੈਂਡ ਅਤੇ ਉਹਦੇ ਪਿਛਲੇ 150 ਸਾਲ ਦਾ ਜੇ ਆਪਾਂ ਗੱਲ ਕਰੀਏ ਤਾਂ ਰਿਕਾਰਡ ਟੁੱਟ ਚੁੱਕਾ ਹੈ ਕਿਉਂਕਿ 1965 ਅਤੇ 1981 ਦੇ ਵਿੱਚ 40+ ਡਿਗਰੀ ਟੈਂਪਰੇਚਰ ਉੱਥੇ ਹੋਇਆ ਸੀਗਾ ਅਤੇ ਗਰਮੀ ਨਾਲ ਹਾਹਾਕਾਰ ਮੱਚ ਗਈ ਸੀ ਅਤੇ ਇਸ ਵਾਰ ਜਿਹੜਾ ਟੈਂਪਰੇਚਰ ਹੋਇਆ ਉਹ 42.7 42.7 ਡਿਗਰੀ ਦੇ ਆਸ ਪਾਸ ਤਾਪਮਾਨ ਪਹੁੰਚ ਚੁੱਕਾ ਹੈ ਸਾਰੇ ਪਾਸੇ ਲੂ ਵਗ ਰਹੀ ਹੈ ਅਤੇ ਉੱਥੇ ਸਥਾਨਕ ਲੋਕਾਂ ਦਾ ਗਰਮੀ ਨਾਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਿਹੜੇ ਵੈਦਰ ਮਾਹਿਰ ਹੈਗੇ ਨੇ ਉਹਨਾਂ ਦਾ ਇਹੀ ਕਹਿਣਾ ਮੌਸਮ ਵਿਗਿਆਨੀਆਂ ਦਾ ਕਿ ਆਉਣ ਵਾਲੇ 2 ਦਿਨਾਂ ਤੱਕ ਇਹ 43 ਜਾਂ 44 ਡਿਗਰੀ ਸੈਲਸੀਅਸ ਤੱਕ ਵੀ ਤਾਪਮਾਨ ਪਹੁੰਚ ਸਕਦਾ ਹੈ ਅਤੇ ਲੋਕਾਂ ਨੂੰ ਗਰਮੀ ਦੇ ਵਿੱਚ ਲੂ ਚੱਲਣ ਦੇ ਨਾਲ ਹੋਰ ਜ਼ਿਆਦਾ ਬਿਮਾਰ ਹੋਣ ਦਾ ਖਦਸ਼ਾ ਬਣ ਰਿਹਾ ਅਤੇ ਕਈ ਤਰ੍ਹਾਂ ਦੀ ਗਰਮੀਆਂ ਨੂੰ ਲੈ ਕੇ ਰਿਲੇਟਿਡ ਪ੍ਰੋਬਲਮਸ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਗਲੀ ਖਬਰ ਹੈ ਰੋਜ਼ਾਨਾ ਸਪੋਕਮੈਨ ਦੇ ਸਫਾ ਪਹਿਲੇ ਤੇ ਛਪੀ ਹੈ ਖਬਰ ਹੈ ਕਿ ਕਸ਼ਮੀਰ ਵਿੱਚ 2 ਸਿੱਖ ਕੁੜੀਆਂ ਨੂੰ ਅਗਵਾ ਕਰਕੇ ਮੁਸਲਿਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸਥਿਤੀ ਬੇਹੱਦ ਤਣਾਅਪੂਰਨ ਹਾਲਾਂਕਿ ਦੱਸ ਦਈਏ ਕਿ ਅਧਿਕਾਰੀਆਂ ਦੇ ਦਖਲ ਮਗਰੋਂ ਸਿੱਖ ਲੜਕੀਆਂ ਮਾਪਿਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਦੱਸ ਦਈਏ ਕਿ ਕਸ਼ਮੀਰ ਵਿੱਚ ਇਹਨਾਂ 2 ਸਿੱਖ ਕੁੜੀਆਂ ਨੂੰ ਅਗਵਾ ਕੀਤਾ ਗਿਆ ਜਬਰਨ ਇਹ ਧਰਮ ਪਰਿਵਰਤਨ ਦਾ ਮਾਮਲਾ ਜਿਹੜਾ ਸਾਹਮਣੇ ਆਇਆ 26 ਜੂਨ ਨੂੰ ਸਾਹਮਣੇ ਆਇਆ ਅਤੇ ਇਸ ਤੋਂ ਬਾਅਦ ਜੋ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਮੁੱਦਾ ਜਿਹੜਾ ਸੋਸ਼ਲ ਮੀਡੀਆ 'ਤੇ ਚੱਕਿਆ ਗਿਆ ਜਿਸ ਤੋਂ ਬਾਅਦ ਉੱਥੇ ਮੌਜੂਦ ਅਧਿਕਾਰੀਆਂ ਨੇ ਇਸ ਮੁੱਦੇ 'ਚ ਦਖਲ ਅੰਦਾਜ਼ੀ ਕੀਤੀ ਅਤੇ ਜਿਸ ਤੋਂ ਬਾਅਦ ਕਿ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਕਸ਼ਮੀਰ ਦੇ ਵਿੱਚ ਸਿੱਖਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਾਰਨ ਵੀ ਇੱਕ ਅਹਿਮ ਹੈ ਇੱਕ ਪਰਸਨਲ ਰੀਜ਼ਨ ਬਣਦਾ ਕਿਉਂਕਿ ਅਲੱਗ ਅਲੱਗ 2 ਸਿੱਖ ਪਰਿਵਾਰ ਦੀਆਂ ਲੜਕੀਆਂ ਨੂੰ ਮੁਸਲਿਮ ਪਰਿਵਾਰ ਦੇ ਲੜਕਿਆਂ ਵੱਲੋਂ ਵਰਗਲਾ ਕੇ ਅਗਵਾ ਕੀਤਾ ਗਿਆ ਆਪਣੇ ਨਾਲ ਲੈ ਕੇ ਗਏ ਨੇ ਪਹਿਲੇ ਕੇਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬਡਗਾਮ ਦੀ ਘਟਨਾ ਵਾ ਜਿੱਥੇ ਇੱਕ ਸਿੱਖ ਪਰਿਵਾਰ ਦੀ ਲੜਕੀ ਨੂੰ ਵਰਗਲਾ ਕੇ ਮੁਸਲਿਮ ਪਰਿਵਾਰ ਦੇ ਲੜਕੇ ਵੱਲੋਂ ਲਿਜਾਇਆ ਗਿਆ ਜਿਸ ਤੋਂ ਬਾਅਦ ਸਿੱਖ ਪਰਿਵਾਰਾਂ 'ਚ ਰੋਸ ਹੋਇਆ ਅਤੇ ਉਹਨਾਂ ਨੇ ਥਾਣੇ ਜਾ ਕੇ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਪਰ ਕੁਝ ਦਿਨਾਂ ਵਿੱਚ ਪੁਲਿਸ ਨੇ ਉਸ ਲੜਕੀ ਨੂੰ ਵਾਪਸ ਬਰਾਮਦ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਪਰ ਜੇ ਦੂਜੇ ਪਾਸੇ ਗੱਲ ਕਰੀਏ ਸ਼੍ਰੀਨਗਰ ਦੇ ਰੈਣਾਵਰੀ ਇਲਾਕੇ ਦੀ ਗੱਲ ਕਰੀਏ ਤਾਂ ਉੱਥੇ ਇੱਕ ਵਿਆਹ 'ਤੇ ਗਈ ਲੜਕੀ ਨੂੰ ਮੁਸਲਿਮ ਪਰਿਵਾਰ ਦੇ ਇੱਕ ਲੜਕੇ ਵੱਲੋਂ ਵਰਗਲਾ ਕੇ ਨਾਲ ਲਿਜਾਇਆ ਗਿਆ ਅਗਵਾ ਕੀਤਾ ਗਿਆ ਉਸ ਤੋਂ ਬਾਅਦ ਉਹਦੇ ਨਾਲ ਧੱਕੇ ਨਾਲ ਵਿਆਹ ਕੀਤਾ ਗਿਆ ਅਤੇ ਪਰਿਵਾਰ ਦੀ ਰਜ਼ਾਮੰਦੀ ਨਾਲ ਸਿਰਫ ਲੜਕੇ ਪਰਿਵਾਰ ਦੀ ਰਜ਼ਾਮੰਦੀ ਨਾਲ ਲੈ ਕੇ ਬਾਅਦ ਜਦੋਂ ਲੜਕੀ ਪਰਿਵਾਰ ਥਾਣੇ ਗਿਆ ਅਤੇ ਮਾਮਲਾ ਕੋਰਟ ਤੱਕ ਗਿਆ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਕੋਰਟ ਦੇ ਵਿੱਚ ਵੀ ਕੋਵਿਡ ਦਾ ਰੀਜ਼ਨ ਦੇ ਕੇ ਕੋਵਿਡ ਮਹਾਮਾਰੀ ਦੇ ਕਾਰਨ ਦੇ ਕੇ ਲੜਕੀ ਦੇ ਸਿੱਖ ਪਰਿਵਾਰ ਵਾਲਿਆਂ ਨੂੰ ਕੋਰਟ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦਕਿ ਮੁਸਲਿਮ ਪਰਿਵਾਰ ਦੇ ਲੜਕੇ ਦੇ ਜਿੰਨੇ ਵੀ ਮੈਂਬਰ ਸਨ ਸਾਰੇ ਕੋਰਟ ਦੇ ਅੰਦਰ ਪਹੁੰਚੇ ਹੋਏ ਸਨ ਜੱਜ ਦੇ ਸਾਹਮਣੇ ਤਾਂ ਉੱਥੇ ਕਿਤੇ ਨਾ ਕਿਤੇ ਇੱਕ ਬਾਇਸਨੈਸ ਸ਼ੋ ਹੋ ਰਹੀ ਸੀ ਕਿਸ ਤਰ੍ਹਾਂ ਉੱਥੇ ਦੀ ਪੁਲਿਸ ਡੀਲ ਕਰ ਰਹੀ ਹੈ ਅਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਮੁਸਲਿਮ ਪਰਿਵਾਰ ਦਾ ਲੜਕਾ ਹੈ ਉਹਦਾ ਪਹਿਲਾਂ ਹੀ ਆਲਰੇਡੀ 2-3 ਵਾਰ ਵਿਆਹ ਵੀ ਹੋ ਚੁੱਕਾ ਜਿਹਨੂੰ ਲੈ ਕੇ ਸਿੱਖ ਪਰਿਵਾਰ ਦੇ ਜਿਹੜੇ ਸੀਗੇ ਮੈਂਬਰ ਉਹਨਾਂ ਵਿੱਚ ਜ਼ਿਆਦਾ ਰੋਸ ਅਤੇ ਜ਼ਿਆਦਾ ਗੁੱਸਾ ਦੇਖਣ ਨੂੰ ਮਿਲਿਆ ਹੈ ਅਗਲੀ ਖਬਰ ਹੈ ਪਹਿਰੇਦਾਰ 'ਤੇ ਛਪੀ ਹੈ ਸਫਾ ਪਹਿਲੇ 'ਤੇ ਛਪੀ ਹੈ ਖਬਰ ਹੈ ਕਿ 26 ਜੂਨ ਨੂੰ ਸ਼ਾਂਤੀਮਈ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨ ਖਿਲਾਫ ਦਰਜ ਕੀਤੇ ਕੇਸ ਤੁਰੰਤ ਵਾਪਸ ਲਏ ਜਾਣ ਬਿਨਾਂ ਸ਼ਰਤ ਵਾਪਸ ਲਏ ਜਾਣ ਇਹ ਕਹਿਣਾ ਹੈ ਸੰਯੁਕਤ ਕਿਸਾਨ ਮੋਰਚੇ ਦਾ ਦੱਸ ਦਈਏ ਕਿ 26 ਜੂਨ ਨੂੰ ਇੱਕ ਸ਼ਾਂਤੀਮਈ ਪ੍ਰਦਰਸ਼ਨ ਕੀਤਾ ਗਿਆ ਸੀ ਆਪਣੀਆਂ ਮੰਗਾਂ ਜਿਹੜੀਆਂ ਵੈ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਪੁਲਿਸ ਦੇ ਵੱਲੋਂ ਉਹਨਾਂ 'ਤੇ ਲਾਠੀਚਾਰਜ ਕੀਤੀ ਗਈ ਵਾਟਰ ਕੈਨਨ ਛੱਡੀਆਂ ਗਈਆਂ ਬੁਛਾਰਾਂ ਕੀਤੀਆਂ ਗਈਆਂ ਅਤੇ ਉਹਨਾਂ 'ਤੇ ਕਿਸਾਨਾਂ ਦੇ ਉੱਤੇ ਪਰਚੇ ਵੀ ਦਰਜ ਕੀਤੇ ਗਏ ਹੁਣ ਉਸੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਸ਼ਾਂਤੀਮਈ ਪ੍ਰਦਰਸ਼ਨ ਸੀਗਾ ਅਤੇ ਕਿਸਾਨਾਂ ਦੇ ਖਿਲਾਫ ਜੋ ਵੀ ਪਰਚੇ ਕੀਤੇ ਗਏ ਆ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਬਿਨਾਂ ਸ਼ਰਤ ਵਾਪਸ ਲਿਆ ਜਾਵੇ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਅੱਜ ਦਿੱਲੀ ਬਾਰਡਰਾਂ ਉੱਤੇ ਕਿਸਾਨ ਮਜ਼ਦੂਰ ਭਾਈਚਾਰਾ ਦਿਵਸ ਮਨਾਇਆ ਜਾਏਗਾ ਅਤੇ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਕਈ ਬਾਲੀਵੁੱਡ ਸੈਲਬਸ ਜੋ ਪੰਜਾਬ ਦੀ ਧਰਤੀ ਦੇ ਨਾਲ ਸੰਬੰਧਿਤ ਸੈਲੀਬ੍ਰਿਟੀਜ਼ ਨੇ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਜਿਹੜੀ ਹੈ ਚੱਕੀ ਜਾ ਰਹੀ ਹੈ ਅਤੇ ਉਹਨਾਂ ਸੈਲੀਬ੍ਰਿਟੀਜ਼ ਦੇ ਵਿੱਚੋਂ ਜਿਹੜਾ ਕਿ ਨਾਮ ਹੈਗੇ ਜਸ ਬਾਜਵਾ ਸੋਨੀਆ ਮਾਨ ਉਹਨਾਂ ਦੇ ਖਿਲਾਫ ਵੀ ਹੁਣ ਮਾਮਲਾ ਜਿਹੜਾ ਹੈ ਦਰਜ ਕਰ ਦਿੱਤਾ ਗਿਆ ਬਿਲਕੁਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਦੋਂ ਆਪਣੇ ਲੋਕ ਆਪਣੇ ਬਚਾਓ ਜੇ ਆਪਾਂ ਕਹੀਏ ਤਾਂ ਕਿਸਾਨ ਬਚਾਓ ਇੱਕ ਅੰਦੋਲਨ ਜਿਹੜਾ ਚੱਲ ਰਿਹਾ ਉਹਦੇ ਵਿੱਚ ਜਦੋਂ ਚੰਡੀਗੜ੍ਹ ਦੀ ਬਰੂਹਾਂ ਅੰਦਰ ਐਂਟਰੀ ਕੀਤੀ ਗਈ ਅਲੱਗ ਅਲੱਗ ਬਾਰਡਰ ਏਰੀਆ ਤੋਂ ਕਿਉਂਕਿ ਪਹਿਲੇ ਸਭ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਸੀਗਾ ਕਿ 26 ਜੂਨ ਨੂੰ 7 ਮਹੀਨੇ ਪੂਰੇ ਹੋਣ 'ਤੇ ਵੱਡੇ ਵੱਡੇ ਰਾਜਾਂ ਦੇ ਜਿਹੜੇ ਵੀ ਆਪਣੇ ਰਾਜਧਾਨੀਆਂ ਨੇ ਉੱਥੇ ਦੇ ਗਵਰਨਰ ਨੂੰ ਮੰਗ ਪੱਤਰ ਸੌਂਪਿਆ ਜਾਊਗਾ ਤਾਂ ਕਿ ਗਵਰਨਰ ਰਾਹੀਂ ਰਾਸ਼ਟਰਪਤੀ ਤੱਕ ਆਪਣੀ ਜਿਹੜੀ ਆਵਾਜ਼
ਉੱਪਰ ਵਿਛਾੜਾ ਆਪਣੇ ਉੱਪਰ ਸਹਿਣੀਆਂ ਪਈਆਂ। ਉਸ ਤੋਂ ਇਲਾਵਾ ਚੰਡੀਗੜ੍ਹ ਐਂਟਰ ਹੋਣ ਤੋਂ ਬਾਅਦ ਇੱਕ ਫੁੱਲ ਤੱਕ ਵੀ ਨਹੀਂ ਤੋੜਿਆ ਗਿਆ ਕਿਸੇ ਵੀ ਤਰ੍ਹਾਂ ਦੇ ਲੋਕਲ ਨਾਗਰਿਕ ਨੂੰ, ਲੋਕਲ ਜਿਹੜੇ ਵੀ ਕੋਈ ਰਾਹਗੀਰ ਵੀ ਸੀਗੇ, ਕਿਸੇ ਨੂੰ ਵੀ ਇੱਕ ਕਾਨੇ ਜਿੰਨੀ ਵੀ ਪਰੇਸ਼ਾਨੀ ਸਾਹਮਣਾ ਨਹੀਂ ਕਰਨਾ ਪਿਆ। ਲੇਕਿਨ ਪੁਲਿਸ ਨੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਮੱਦੇਨਜ਼ਰ ਚੱਲਦਿਆਂ ਹੋਇਆਂ ਫਿਰ ਵੀ ਜਿਹੜੇ ਸੈਲੀਬ੍ਰਿਟੀ ਸੀ, ਜਿਹੜੇ ਲੀਡਰਸ ਬਣੇ ਹੋਏ ਸਨ, ਚਾਹੇ ਜਸ ਬਾਜਵਾ ਹੋਣ, ਸੋਨੀਆ ਮਾਨ ਹੋਣ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਹੋਵੇ, ਲੱਖਾ ਸਿਧਾਣਾ ਹੋਵੇ, ਅਜਿਹੇ ਜਿਹੜੇ ਸੈਲੀਬ੍ਰਿਟੀ ਲੀਡਰਸ ਬਣੇ ਹੋਏ ਨੇ ਇਸ ਵਕਤ ਛਾਏ ਹੋਏ ਨੇ, ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਆ, ਜਿਹਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ ਫਿਰ ਦੁਬਾਰਾ ਇੱਕ ਅੰਦੋਲਨ ਖੜਾ ਕਰਾਂਗੇ ਤਾਂ ਕਿ ਜਿਹੜੇ ਇਹ ਨਜਾਇਜ਼ ਪਰਚੇ ਕੀਤੇ ਗਏ ਆ, ਇਹ ਗੈਰ ਜ਼ਮਾਨਤੀ ਜਿਹੜੇ ਆਪਣੇ ਪਰਚੇ ਉਹਨਾਂ 'ਤੇ ਪਾਏ ਗਏ FIR ਦਰਜ ਕੀਤੀਆਂ ਗਈਆਂ ਨੇ, ਇਹਨੂੰ ਅਸੀਂ ਖਾਰਜ ਕਰਨ ਦੀ ਹਰ ਪੱਖੋਂ ਦੀ ਦੁਬਾਰਾ ਅਪੀਲ ਕਰਾਂਗੇ। ਜੀ ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪੰਜਾਬ ਰੋਡਵੇਜ਼ ਪਨਬੱਸ ਮੁਲਾਜ਼ਮਾਂ ਦੇ ਵੱਲੋਂ 3 ਦਿਨਾਂ ਦਾ ਹੜਤਾਲ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਇਹ ਜੋ ਹੜਤਾਲ ਹੈ 28 ਜੂਨ ਨੂੰ ਡਿਪੂ ਬੰਦ ਕਰਕੇ ਹੜਤਾਲ ਕੀਤੀ ਜਾਵੇਗੀ, 29 ਜੂਨ ਨੂੰ ਪਟਿਆਲਾ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਫਿਰ 30 ਜੂਨ ਨੂੰ ਫਿਰ ਇੱਕ ਵਾਰ ਹੜਤਾਲ ਜਿਹੜੀ ਹੈ ਜਾਰੀ ਕਰਨ ਦਾ ਐਲਾਨ ਕੀਤਾ ਗਿਆ। ਅਤੇ ਰੀਜ਼ਨ ਇਹ ਦੱਸਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜੋ ਵੀ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਗਏ ਸੀ, ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ 4.5 ਸਾਲ ਦੇ ਕਾਰਜਕਾਲ ਦੇ ਵਿੱਚ ਹਲੇ ਤੱਕ ਜੋ ਵਿਧਾਇਕਾਂ ਨੂੰ ਬੇਲੋੜੀਆਂ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ, ਲੇਕਿਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵੱਲ ਹਲੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਹੈ। ਬਿਲਕੁਲ। ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਹੋਏ ਆ ਪੰਜਾਬ ਰੋਡਵੇਜ਼ ਅਤੇ ਪਨਬੱਸ ਜਿਹੜੇ ਮੁਲਾਜ਼ਮ ਸਨ, ਉਹਨਾਂ ਦੇ ਜਿਹੜੇ ਲੀਡਰ ਸਨ, ਉਹਨਾਂ ਨੇ ਬੜੀ ਕਲੀਅਰ ਗੱਲ ਕੀਤੀ ਹੈ ਕਿ ਜਦੋਂ 2017 ਵਿੱਚ ਕਾਂਗਰਸ ਨੇ ਪੰਜਾਬ ਵਿੱਚ ਸਰਕਾਰ ਬਣਾਉਣੀ ਸੀ ਉਸ ਵਕਤ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਉਸ ਤੋਂ ਬਾਅਦ ਦਾਅਵੇ ਵੀ ਬੜੇ ਕੀਤੇ ਗਏ ਆ ਕਿ ਅਸੀਂ ਇੰਨੀ ਨੌਕਰੀ ਦਿੱਤੀਆਂ ਇੰਨੀਆਂ ਦਿੱਤੀਆਂ, ਲੇਕਿਨ 15-20 ਸਾਲਾਂ ਤੋਂ ਜਿਹੜੇ ਪਨਬੱਸ ਦੇ ਜਾਂ ਰੋਡਵੇਜ਼ ਦੇ ਕੱਚੇ ਮੁਲਾਜ਼ਮ ਨੇ ਉਹ ਹਾਲੇ ਤੱਕ ਵੀ 15-20 ਸਾਲਾਂ 'ਚ ਪੱਕੇ ਨਹੀਂ ਕੀਤੇ ਗਏ ਆ, ਜਦਕਿ ਲੋੜ ਇਹਨਾਂ ਲੋਕਾਂ ਨੂੰ ਹੈ ਕੱਚੇ ਤੋਂ ਪੱਕੇ ਕਰਨ ਦੀ। ਲੇਕਿਨ ਪੱਕੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਮੰਤਰੀਆਂ ਦੇ, ਵਿਧਾਇਕਾਂ ਦੇ, ਜਿਹੜੇ ਵਿਧਾਇਕ ਨੇ MLA ਆ ਉਹਨਾਂ ਦੇ ਬੇਟਿਆਂ ਨੂੰ ਜਾਂ ਆਪਣੇ ਪੋਤਿਆਂ ਨੂੰ ਨੌਕਰੀ ਦਿੱਤੀਆਂ ਜਾ ਰਹੀਆਂ ਨੇ, ਸੋ ਉਹਨੂੰ ਲੈ ਕੇ ਕਾਫੀ ਆਪਣੇ ਖਫਾ ਦਿਖ ਰਹੇ ਆ ਜਿਹੜੇ ਮੁਲਾਜ਼ਮ ਹੈਗੇ ਆ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ। ਉਹਨਾਂ ਦਾ ਕਹਿਣਾ ਕਿ ਹੁਣ ਅਸੀਂ 28 ਤਰੀਕ ਨੂੰ ਧਰਨਾ ਪ੍ਰਦਰਸ਼ਨ ਕਰਾਂਗੇ, 29 ਤਰੀਕ ਨੂੰ ਵੀ ਜਾ ਕੇ ਪਟਿਆਲੇ ਵਿਖੇ ਜਾ ਕੇ ਆਪਣਾ ਰੋਸ ਜ਼ਾਹਰ ਕਰਾਂਗੇ ਅਤੇ 30 ਨੂੰ ਫਿਰ ਦੁਬਾਰਾ ਅਸੀਂ ਆਪਣੀ ਹੜਤਾਲ ਹੀ ਕੰਟੀਨਿਊ ਕਰਾਂਗੇ। ਸੋ 3 ਦਿਨ ਵਾਸਤੇ ਕਿਤੇ ਨਾ ਕਿਤੇ ਹੁਣ ਜੋ ਬੱਸ ਸਫ਼ਰ ਨੇ ਉਹ ਵੀ ਪ੍ਰਭਾਵਿਤ ਹੁੰਦੇ ਨਜ਼ਰ ਆਉਣਗੇ। ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਪੰਜਾਬ ਸੂਬੇ ਨਾਲ ਸੰਬੰਧਿਤ ਹੈ। ਦੱਸ ਦਈਏ ਜਗਬਾਣੀ ਦੇ ਸਫ਼ਾ ਪਹਿਲੇ 'ਤੇ ਛਪੀ ਹੈ, ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ 'ਚ 560 ਸਬ ਇੰਸਪੈਕਟਰਾਂ ਦੀ ਭਰਤੀ ਦਾ ਐਲਾਨ। ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਕਾਂਸਟੇਬਲਾਂ ਦੀ ਭਰਤੀ ਦਾ ਐਲਾਨ ਕੀਤਾ ਸੀ ਅਤੇ ਹੁਣ ਇਸ ਤੋਂ ਬਾਅਦ ਸਬ ਇੰਸਪੈਕਟਰਾਂ ਦੀ ਭਰਤੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਇਸ ਦੇ ਵਿੱਚ 560 ਭਰਤੀਆਂ ਦਾ ਐਲਾਨ ਕੀਤਾ ਗਿਆ ਅਤੇ ਭਰਤੀ ਦੇ ਜਿਹੜੇ ਫਾਰਮ ਹੈ ਉਹ 5 ਜੁਲਾਈ ਨੂੰ ਜਿਹੜੇ ਹੈ ਕੱਢੇ ਜਾਣਗੇ ਅਤੇ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਇਹ ਵੱਖ ਵੱਖ ਕੈਡਰਾਂ ਦੇ ਵਿੱਚ ਜਾਂਚ, ਹਥਿਆਰਬੰਦ, ਜ਼ਿਲ੍ਹਾ ਪੁਲਿਸ ਅਤੇ ਇੰਟੈਲੀਜੈਂਸ ਵਿੰਗ ਵਿੱਚ ਭਰਤੀਆਂ ਕੀਤੀਆਂ ਜਾਣਗੀਆਂ। ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਹੁਣ ਸਤੰਬਰ ਅਕਤੂਬਰ ਤੱਕ ਹਰ ਤਰ੍ਹਾਂ ਦੀ ਜਿਹੜੀ ਭਰਤੀਆਂ ਨੇ, ਜਿਹੜੀਆਂ ਵੈਕੈਂਸੀਆਂ ਨੇ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਾਵੇਂ 4.5 ਸਾਲਾਂ ਬਾਅਦ ਹੀ ਸਹੀ, ਜਦੋਂ ਹੁਣ ਦੁਬਾਰਾ ਮੁੜ ਚੋਣ ਜ਼ਾਬਤਾ ਲੱਗਣ ਵਾਲਾ ਕੁਝ ਮਹੀਨਿਆਂ ਤੱਕ, ਉਦੋਂ ਜਾ ਕੇ ਪੰਜਾਬ ਦੀ ਸਰਕਾਰ ਮੁੜ ਦੁਬਾਰਾ ਜਾਗੀ ਹੈ। ਸੋ ਪਹਿਲੇ ਆਪਣੇ ਕੁਝ ਦਿਨ ਪਹਿਲਾਂ 4,000 ਦੇ ਕਰੀਬ ਜਿਹੜੇ ਕਾਂਸਟੇਬਲ ਸਨ, ਸਿਪਾਹੀ ਸਨ, ਉਹਨਾਂ ਦੀ ਭਰਤੀਆਂ ਵਾਸਤੇ ਐਲਾਨ ਕੀਤਾ ਗਿਆ ਸੀਗਾ ਅਤੇ ਹੁਣ ਬੀਤੇ ਦਿਨੀ 560 ਜਿਹੜੇ ਸਬ ਇੰਸਪੈਕਟਰ ਨੇ, ਚਾਹੇ ਹਥਿਆਰਬੰਦ ਹੋਣ, ਇਨਵੈਸਟੀਗੇਸ਼ਨ ਦੇ ਵਿੱਚ ਹੋਣ, ਇੰਟੈਲੀਜੈਂਸ ਦੇ ਵਿੱਚ ਹੋਣ, ਜਾਂ ਆਪਣੇ ਜ਼ਿਲ੍ਹਾ ਪੁਲਿਸ ਵਿੱਚ ਹੋਣ, ਉਹਦੇ ਵਿੱਚ ਅੱਡ ਕਰਕੇ ਵੇਰੀਏਸ਼ਨਸ ਕਰਕੇ ਭਰਤੀ ਕੀਤੀ ਜਾਊਗੀ, ਕਿਉਂਕਿ ਸਰਕਾਰ ਦਾ ਕਹਿਣਾ ਕਿ ਇਨਵੈਸਟੀਗੇਸ਼ਨ ਵਾਸਤੇ ਵੀ, ਹਥਿਆਰਬੰਦ ਫੋਰਸ ਵਾਸਤੇ, ਰਿਜ਼ਰਵ ਵਾਸਤੇ ਵੀ, ਅਤੇ ਕਿਤੇ ਨਾ ਕਿਤੇ ਸਾਰੇ ਪਾਸੇ ਇੰਟੈਲੀਜੈਂਸ ਵਾਸਤੇ ਵੀ ਲੋੜ ਆ, ਤਾਂ ਕਿ ਜਿਹੜੀ ਪੰਜਾਬ ਪੁਲਿਸ ਹੈ, ਜਿਹੜੇ ਪੈਂਡਿੰਗ ਕੇਸ ਨੇ ਜਾਂ ਜਿਹੜੀ ਇਨਵੈਸਟੀਗੇਸ਼ਨ ਹੋ ਰਹੀਆਂ ਨੇ, ਉਹਨੂੰ ਆਪਣੇ ਪ੍ਰਭਾਵਿਤ ਨਾ ਹੋਣ ਅਤੇ ਜ਼ਿਆਦਾ ਕੰਮ ਤੇਜ਼ੀ ਨਾਲ ਚੱਲਦਾ ਰਹੇ, ਜਿਸ ਕਰਕੇ 560 ਸਬ ਇੰਸਪੈਕਟਰਾਂ ਦੀ ਭਰਤੀ ਹੁਣ ਆਉਣ ਵਾਲੇ ਸਮੇਂ ਵਿੱਚ ਕੀਤੀ ਜਾ ਰਹੀ ਹੈ। ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਪੰਜਾਬੀ ਟ੍ਰਿਬਿਊਨ ਦੇ ਸਫ਼ਾ 9 ਤੇ ਛਪੀ ਹੈ ਖਬਰ ਹੈ ਕਿ ਲੁਧਿਆਣਾ ਦੇ ਵਿੱਚ ਪਲਸ ਪੋਲੀਓ ਮੁਹਿੰਮ ਦਾ ਆਗਾਜ਼। ਜੀ ਹਾਂ, ਦੱਸ ਦਈਏ ਕਿ ਲੁਧਿਆਣਾ ਦੇ ਬੱਸ ਅੱਡੇ ਨੇੜੇ ਜੋ ਵੀ ਝੁੱਗੀਆਂ ਝੋਪੜੀਆਂ ਬਣੀਆਂ ਹੋਈਆਂ ਨੇ ਉਸ ਦੇ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਜੋ ਬੱਚੇ ਨੇ 5 ਸਾਲ ਦੀ ਉਮਰ ਤੱਕ, ਉਹਨਾਂ ਦੇ ਲਈ ਪਲਸ ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ ਅਤੇ ਇਹ 27 ਜੂਨ ਯਾਨੀ ਕਿ ਬੀਤੇ ਦਿਨੇ ਕੀਤਾ ਗਿਆ ਅਤੇ ਇਹ 1 ਜੁਲਾਈ ਤੱਕ ਚੱਲੇਗਾ ਅਤੇ ਫਿਲਹਾਲ 27 ਜੂਨ ਤੋਂ ਲੈ ਕੇ 1 ਜੁਲਾਈ ਤੱਕ ਜੋ ਟੀਚਾ ਰੱਖਿਆ ਗਿਆ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦਾ, ਉਹ 1,63,000 ਰੱਖਿਆ ਗਿਆ ਹੈ ਅਤੇ ਦੱਸ ਦਈਏ ਕਿ ਝੁੱਗੀ ਝੋਂਪੜੀਆਂ ਦੇ ਬੱਚਿਆਂ ਨੂੰ ਪੋਲੀਓ ਦੀ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੇ ਬਾਰੇ ਦੱਸਿਆ ਗਿਆ ਜ਼ਿਲ੍ਹਾ ਅਧਿਕਾਰੀ, ਜ਼ਿਲ੍ਹਾ ਟੀਕਾਕਰਨ ਅਫਸਰ ਪੁਨੀਤ ਜੁਨੇਜਾ ਨੇ, ਉਹਨਾਂ ਨੇ ਕਿਹਾ ਹੈ ਕਿ ਇਸ ਮੁਹਿੰਮ ਨੂੰ ਸੁਚਾਰੂ ਢੰਗ ਦੇ ਨਾਲ ਨੇਪੜੇ ਚਾੜਨ ਦੇ ਲਈ 777 ਸਿਹਤ ਟੀਮਾਂ ਦਾ ਗਠਨ ਕੀਤਾ ਗਿਆ। ਇਹਨਾਂ 'ਚੋਂ 405 ਟੀਮਾਂ ਪਿੰਡਾਂ ਦੇ ਵਿੱਚ ਅਤੇ 372 ਟੀਮਾਂ ਜਿਹੜੀਆਂ ਸ਼ਹਿਰਾਂ ਦੇ ਵਿੱਚ ਕੰਮ ਕਰਨਗੀਆਂ। ਬਿਲਕੁਲ। ਹੁਣ ਲੁਧਿਆਣਾ ਦੇ ਜੋ ਆਪਣੇ ਸਿਵਲ ਸਰਜਨ ਨੇ, ਸਿਵਲ ਹਸਪਤਾਲ ਦੇ ਉੱਘੇ ਅਤੇ ਸੀਨੀਅਰ ਡਾਕਟਰਸ ਨੇ, ਉਹਨਾਂ ਨੇ ਹੁਣ ਅੱਗੇ ਆ ਕੇ ਸਰਕਾਰ ਵੱਲੋਂ ਇੱਕ ਪੇਸ਼ਕਸ਼ ਕੀਤੀ। ਉਹਨਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਜਿਹੜੇ 4 ਦਿਨ ਨੇ, 27 ਤੋਂ ਲੈ ਕੇ 1 ਤੱਕ, ਇਹਦੇ
1,63,000 ਦੇ ਕਰੀਬ ਜਿਹੜੇ ਬੱਚੇ ਆ ਸ਼ੂਨਿਆ ਤੋਂ ਲੈ ਕੇ 5 ਸਾਲ ਤੱਕ ਦੀ ਆਪਾਂ ਜਿਹੜੇ 0 to 5 ਈਅਰ ਆਪਣੇ ਏਜ ਗਰੁੱਪ ਕਹਿ ਦਿੰਦੇ ਆ ਸੋ ਉਹ ਏਜ ਗਰੁੱਪ ਨੂੰ ਹੁਣ ਟੀਕਾਕਰਨ ਕੀਤਾ ਜਾਊਗਾ ਪਲਸ ਪੋਲੀਓ ਮੁਹਿੰਮ ਦੇ ਤਹਿਤ ਤਾਂ ਕਿਸੇ ਨੂੰ ਵੀ ਪੋਲੀਓ ਵਰਗੀ ਕੋਈ ਸ਼ਿਕਾਇਤ ਅੱਗੇ ਜਾ ਕੇ ਆਪਣੇ ਨਾਂ ਆਵੇ ਕਿਸੇ ਬੱਚੇ ਨੂੰ ਸੋ ਉਹਨੂੰ ਲੈ ਕੇ 777 ਟੀਮਾਂ ਬਣਾਈਆਂ ਗਈਆਂ ਨੇ 405 ਟੀਮਾਂ ਪਿੰਡਾਂ ਵਿੱਚ 372 ਟੀਮਾਂ ਸ਼ਹਿਰਾਂ ਜਾ ਕੇ ਕੰਮ ਕਰਨਗੀਆਂ ਤਾਂ ਕਿ 1,63,000 ਦੇ ਕਰੀਬ ਬੱਚਿਆਂ ਨੂੰ ਟੀਕਾਕਰਨ ਕਰਕੇ ਇਸ ਮੁਹਿੰਮ ਨੂੰ ਅੱਗੇ ਹੋਰ ਨੇਪਰੇ ਚਾੜਿਆ ਜਾਵੇ ਜੀ ਬਿਲਕੁਲ ਤੇ ਇਸ ਮੁਹਿੰਮ ਦਾ ਆਗਾਜ਼ ਸਿਵਲ ਸਰਜਨ ਡਾਕਟਰ ਕਿਰਨ ਆਲੂਵਾਲੀਆ ਦੇ ਵੱਲੋਂ ਕੀਤਾ ਗਿਆ ਬੁਲੇਟਿਨ ਦੇ ਅਖੀਰ ਵਿੱਚ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸ਼ਹਿਰ ਲੁਧਿਆਣਾ ਦੇ ਵਿੱਚ ਕੋਰੋਨਾ ਦੀ ਕੀ ਸਥਿਤੀ ਹੈ ਸੋ ਦੱਸਦੀ ਕਿ ਬੀਤੇ 24 ਘੰਟਿਆਂ ਦੇ ਵਿੱਚ 35 ਨਵੇਂ ਪੋਜ਼ਿਟਿਵ ਕੇਸਿਸ ਜਿਹੜੇ ਸਾਹਮਣੇ ਆਏ ਆ ਇਹਨਾਂ ਦੇ ਵਿੱਚੋਂ 30 ਜਿਹੜੇ ਨੇ 32 ਮਰੀਜ਼ ਜਿਹੜੇ ਉਹ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਨੇ ਤੇ ਬਾਕੀ ਜਿਹੜੇ ਦੂਜੇ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਹੈ ਰਾਹਤ ਦੀ ਖਬਰ ਇਹ ਹੈ ਕਿ ਬੀਤੇ ਦਿਨੀ ਕੋਈ ਵੀ ਮੌਤ ਜਿਹੜੀ ਹੈ ਕੋਰੋਨਾ ਦੇ ਕਰਕੇ ਨਹੀਂ ਹੋਈ ਹੈ ਤੇ ਪੋਜ਼ਿਟਿਵ ਮਰੀਜ਼ ਜਿਹੜੇ ਉਹਨਾਂ ਦੀ ਗਿਣਤੀ 86,888 ਹੈ ਤੇ ਇਹਨਾਂ ਦੇ ਵਿੱਚੋਂ ਪੂਰੀ ਤਰ੍ਹਾਂ ਜਿਹੜੇ ਠੀਕ ਹੋ ਚੁੱਕੇ ਹੈ ਮਰੀਜ਼ ਉਹਨਾਂ ਦੀ ਗਿਣਤੀ 84,410 ਦੱਸੀ ਜਾ ਰਹੀ ਹੈ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਸ਼ਹਿਰ ਭਰ ਵਿੱਚ ਜਿਹੜੀਆਂ ਟੀਮਾਂ ਵੈ ਗਠਿਤ ਕੀਤੀਆਂ ਗਈਆਂ ਵੈ ਪਿੰਡਾਂ ਵਿੱਚ ਜਿਹੜੀਆਂ ਟੀਮਾਂ ਵੈ ਗਠਿਤ ਕੀਤੀਆਂ ਗਈਆਂ ਕਿਉਂਕਿ ਡੈਲਟਾ ਪਲੱਸ ਵੇਰੀਐਂਟ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਘਰ ਘਰ ਜਾ ਕੇ ਲੋਕਾਂ ਦੀ ਜਿਹੜੀ ਚੈਕਿੰਗ ਹੈ ਉਹ ਕੋਸ਼ਿਸ਼ ਕੀਤੀ ਗਈ ਕਰਨ ਦੀ ਲੇਕਿਨ ਇਹ ਲੋਕਾਂ ਦੀ ਜਾਗਰੂਕਤਾ ਘੱਟ ਹੋਣ ਦੀ ਗੱਲ ਸੀਗੀ ਕਿ ਉਹਨਾਂ ਨੇ ਸਿਹਤ ਟੀਮਾਂ ਨੂੰ ਦੇਖ ਕੇ ਘਰਾਂ ਦੇ ਦਰਵਾਜ਼ੇ ਹੀ ਜਿਹੜੇ ਹੈ ਬੰਦ ਕਰ ਲਏ ਅਤੇ ਇਹ ਵੀ ਅਸੀਂ ਵੀ ਸਮਰ ਨਿਊਜ਼ ਤੁਹਾਨੂੰ ਇਹ ਅਪੀਲ ਕਰਦਾ ਹੈ ਕਿ ਸਿਹਤ ਵਿਭਾਗ ਦੇ ਨਾਲ ਪ੍ਰਸ਼ਾਸਨ ਦੇ ਨਾਲ ਸਰਕਾਰ ਦਾ ਸਹਿਯੋਗ ਕਰੋ ਉਹ ਤੁਹਾਡੀ ਜਾਨ ਬਚਾਉਣ ਦੇ ਲਈ ਕੰਮ ਕਰ ਰਹੇ ਨੇ ਅਤੇ ਜੇਕਰ ਉਹ ਜਾਂਚ ਦੇ ਲਈ ਆਉਂਦੇ ਨੇ ਸਿਹਤ ਵਿਭਾਗ ਟੀਮਾਂ ਤੁਹਾਡੇ ਘਰ ਆਉਂਦੀਆਂ ਨੇ ਜਾਂਚ ਦੇ ਲਈ ਅਤੇ ਉਹਨਾਂ ਦਾ ਸਹਿਯੋਗ ਕਰੋ ਉਹਨਾਂ ਦਾ ਮਕਸਦ ਇਹੀ ਹੈ ਕਿ ਜਿਹੜਾ ਇਹ ਮਹਾਮਾਰੀ ਹੈ ਅੱਗੇ ਕਿਤੇ ਫੈਲੇ ਨਾ ਅਤੇ ਜੋ ਵੀ ਡੈਲਟਾ ਪਲੱਸ ਵੇਰੀਐਂਟ ਦਾ ਮਰੀਜ਼ ਪਾਇਆ ਗਿਆ ਦੱਸਦੀ ਹੈ ਇੱਕ ਵਾਰ ਫਿਰ ਤੋਂ ਕਿ ਉਸ ਦੀ ਭਾਲ ਕਰਨ ਦੇ ਲਈ ਜਾਂਚ ਕਰਨ ਦੇ ਲਈ ਇਹ ਟੀਮਾਂ ਜਿਹੜੀਆਂ ਘਰ ਘਰ ਜਾ ਕੇ ਚੈਕਿੰਗ ਜਿਹੜੀਆਂ ਕਰ ਰਹੀਆਂ ਸਨ ਕੱਲ੍ਹ ਤੋਂ ਫਿਰ ਹਾਜ਼ਰ ਹੋਵਾਂਗੇ ਦੇਸ਼ ਅਤੇ ਦੁਨੀਆ ਦੀਆਂ ਤਮਾਮ ਅਹਿਮ ਖਬਰਾਂ ਨਾਲ ਫਿਲਹਾਲ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ